ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਮੈਂ ਤੁਹਾਨੂੰ ਪਿੱਕ ਨੂੰ ਫੋਟੋ ਨੂੰ PNG ਤੋਂ JPG 'ਚ ਕਨਵਰਟ ਕਰਨਾ ਸਿਖਾਊਂਗਾ। ਦੋਸਤੋ ਇਹ ਕਿੱਦਾਂ ਹੁੰਦੀ ਆ, ਤੁਸੀਂ ਸੋਚਦੇ ਹੋਗੇ ਕਿ ਸਾਨੂੰ ਕੀ PNG ਤੋਂ JPG 'ਚ ਕੀ ਕਰਨ ਦੀ ਲੋੜ ਆ, ਬਟ ਦੋਸਤੋ ਜੇ ਤੁਸੀਂ ਕਦੀ ਫਾਰਮ ਭਰੋਗੇ ਤੁਹਾਡੀ PNG 'ਚ ਫੋਟੋ ਹੀ ਉਸ ਨੂੰ, ਠੀਕ ਆ ਜੀ, ਅਤੇ ਤੁਸੀਂ ਉਸ ਨੂੰ JPG 'ਚ ਕਨਵਰਟ ਕਰਨਾ ਹੈ, ਉਹ ਕਿਵੇਂ ਕਰੋਗੇ ਆਓ ਤੁਹਾਨੂੰ ਦੱਸਦੇ ਹਾਂ। ਦੋਸਤੋ ਪੇਂਟ 'ਚ ਚਲ ਜਾਓ, ਸਭ ਤੋਂ ਪਹਿਲਾਂ ਆਪਣੇ ਪੇਂਟ 'ਚ ਚਲ ਜਾਓ। ਸੋਰੀ ਮੈਂ ਇਹ, ਦੋਸਤੋ ਪੇਂਟ 'ਚ ਜਾਓਗੇ, ਪੇਂਟ 'ਚ ਜਾ ਕੇ ਕੋਈ ਵੀ PNG ਫਾਈਲ ਓਪਨ ਕਰ ਲਓ। ਮੰਨ ਲਓ ਆਹ ਦੇਖੋ, ਇਹਦੀ ਮੈਂ ਪ੍ਰੋਪਰਟੀ ਕਰਕੇ ਦਿਖਾ ਦਿੰਦਾ ਤੁਹਾਨੂੰ। ਆਹ ਦੇਖੋ PNG ਫਾਈਲ ਆ ਰਿਹਾ, ਜਾਂ ਜੀ PNG ਇਮੇਜ, ਇਸ ਨੂੰ ਮੈਂ JPG 'ਚ ਕਨਵਰਟ ਕਰਨਾ। ਚਲੋ ਮੈਂ ਤੁਹਾਨੂੰ ਦੱਸ ਦਿੰਦਾ, ਠੀਕ ਆ ਜੀ, ਇਹ ਫੋਟੋ ਆ ਗਈ। ਦੋਸਤੋ ਕੋਈ ਐਡਾ ਖਾਸ ਕੰਮ ਨਹੀਂ ਆ, ਇਹਨੂੰ JPG 'ਚ ਕਨਵਰਟ ਕਰਨਾ। ਅਸੀਂ ਡਰਦੇ ਰਹਿੰਦੇ, ਪਤਾ ਨਹੀਂ ਯਾਰ ਕਿਵੇਂ ਹੋਊਗੀ ਕਿਵੇਂ ਨਹੀਂ। ਇੱਥੇ ਸੇਵ ਐਜ ਤੇ ਜਾਓ, ਆਹ ਦੇਖੋ ਕਿੰਨੇ ਲਿੰਕ ਆ ਗਏ। ਆਹ ਦੇਖੋ PNG 'ਚ, ਜੇ ਤੁਸੀਂ JPG ਫਾਈਲ ਨੂੰ PNG 'ਚ ਕਰਨਾ ਤੇ ਕਰ ਲਓ, ਠੀਕ ਆ, ਪਰ ਸਾਡੇ ਕੋਲ PNG ਫਾਈਲ ਪਹਿਲਾਂ ਹੀ, ਇਹਨੂੰ JPG 'ਚ ਕਰਨਾ। ਆਹ ਦੇਖੋ ਦੂਜੇ ਨੰਬਰ 'ਤੇ JPEG, ਅਤੇ ਨਾਲੇ BMP ਵੀ ਪਿਕਚਰ ਹੈਗੀ ਆ, ਜਿਫ ਪਿਕਚਰ ਵੀ ਹੈਗੀ ਆ, ਗਿਫ ਅਤੇ ਅਦਰ ਫਾਰਮੈਟ ਵੀ ਹੈਗੇ ਆ, ਠੀਕ ਆ ਜੀ। ਆਪਾਂ ਪਰ JPG 'ਚ ਫੋਨ ਪਿਕਚਰ 'ਚ ਦੱਸਣਾ ਸੀ ਸੇਵ ਕਰਕੇ, ਠੀਕ ਆ ਜੀ, ਇਸ ਨੂੰ ਸੇਵ ਕਰ ਦਿਓ, ਠੀਕ ਆ ਜੀ, ਇਹ JPG ਫਾਈਲ 'ਚ ਸੇਵ ਹੋ ਜਾਏਗੀ, ਠੀਕ ਆ। ਆਓ ਤੁਹਾਨੂੰ ਦਿਖਾ ਦਿੰਦੇ, ਠੀਕ ਆ, ਹੁਣ ਤੁਹਾਨੂੰ ਮੈਂ ਦਿਖਾ ਦਿੰਦਾ ਵੀ ਇਹ JPG ਫਾਈਲ 'ਚ ਕਿਵੇਂ ਹੋਗੀ ਕਿ ਨਹੀਂ ਹੋਗੀ। ਆਹ ਦੇਖੋ ਅਸੀਂ ਇਸ ਨੂੰ ਪ੍ਰੋਪਰਟੀ ਕੱਢ ਕੇ ਦੱਸ ਦਿੰਦੇ ਹਾਂ, ਇਹ PNG ਵਾਲੀ ਪਹਿਲੀ ਫਾਈਲ ਹੀ, ਆਹ ਦੂਸਰੀ ਹੈ ਜੀ, ਆਹ ਦੇਖੋ JPG 'ਚ ਹੋਗੀ। ਦੋਸਤੋ ਤੁਸੀਂ ਸੋਚਦੇ ਹੋਗੇ ਕਿ ਇਹ ਪਤਾ ਨਹੀਂ ਕਿਉਂ ਦੱਸ ਰਹੇ ਸਾਨੂੰ। ਦੋਸਤੋ ਇਸ ਦੀ ਜ਼ਰੂਰਤ, ਅੱਗੇ ਮੈਂ ਕੁਝ ਐਸੀਆਂ ਵੀਡੀਓ ਪਾਵਾਂਗਾ ਜਿਹਦੇ ਵਿੱਚ ਇਸ ਦੀ ਜ਼ਰੂਰਤ ਬਹੁਤ ਜ਼ਿਆਦਾ ਪਏਗੀ। ਧੰਨਵਾਦ ਦੋਸਤੋ।